ਕੀ ਨਾਮ ਜੀ? ਸੁਖਾ ਸਿੰਘ ਜੀ। ਸੁਖਾ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਨਾਲ? ਮੈਂ ਖੜਦਾ ਸ਼ਹਿਰ ਘੁੰਮਣ ਵਾਸਤੇ ਤਾਂ ਉਹਨਾਂ ਨੇ ਮੇਰੇ ਕੋਲ ਆਸ ਰੱਖੀ ਪੈਸੇ ਲੈ ਲੈ 1,25,000 ਰੁਪਇਆ ਦਿੰਦੇ ਸੀ ਇਸ ਤਰ੍ਹਾਂ ਤੈਨੂੰ ਦੇ ਦਾਂਗੇ ਅਤੇ ਮੈਂ ਰੋਜ਼ ਫੋਨ ਕਰਦਾ ਹਾਂ ਮੈਂ ਅਤੇ ਫੋਨ ਕਰਦਾ ਤਾਂ ਅੱਗੋਂ ਗਾਲਾਂ ਕੱਢਦੇ ਸੀ ਅਤੇ ਬਾਅਦ 'ਚ ਅੱਜ ਮੈਨੂੰ ਉਹਨਾਂ ਨੇ ਭੱਜੀ ਦੇ ਨਾਲ ਆਉਂਦੇ ਸੀ ਅੱਜ ਤੈਨੂੰ ਇਹ ਪੈਸੇ ਦੇ ਦਿੰਦੇ ਭੱਜੀ ਦੇ ਨਾਲ ਇਹਨਾਂ ਨੇ ਮੈਨੂੰ ਘੇਰ ਕੇ ਅਤੇ ਗਵਾਹ ਕਰਕੇ ਅਤੇ ਫਿਰ ਘਰ ਛੱਡਿਆ। ਕੌਣ ਸੀ ਜਿਨ੍ਹਾਂ ਨੇ ਤੁਹਾਡੇ ਕੋਲੋਂ ਪੈਸੇ ਲਿਆ ਸੀ? ਕੁੜੀ ਦੀ ਮਾਂ ਸੀ। ਕੌਣ ਕੀ ਨਾਮ ਕੀ ਸੀ ਉਹਨਾਂ ਦਾ? ਨਾਮ ਦਾ ਤਾਂ ਪਤਾ ਨਹੀਂ ਉਹ ਦਰਬਾਰ। यह कहना शायद बिल्कुल भी गलत नहीं होगा कि भगवंत सिंह मान से पंजाब संभल नहीं पा रहा है या फिर भगवंत के खिलाफ बड़े पैमाने पर साजिश की जा रही है। दिन दहाड़े बैंक समेत राहगीरों की लूट, सरेआम गोलीबारी, कत्ल जैसे मामले रोज का काम बन गया है। दबंगई और गुंडई की ताजा खबर गुरु नगरी अमृतसर से आ रही है, जहां एक महिला समेत लगभग आधा दर्जन लोगों ने एक सिख को घर में बंधक बनाकर न सिर्फ बुरी तरह पीटा बल्कि बेहाल होने पर उसे जूते में पानी पिलाने के साथ ही उसके केशों की भी बेअदबी की। पीड़ित का कहना है कि वह अपने उधारी के पैसे मांगने गया था, तब इन लोगों ने उसे बंधक बनाकर पीटा। इतना ही नहीं, दबंगई का आलम यह है कि दबंगों ने खुद ही अपनी करतूत की वीडियो बनाकर वायरल की। ਕਿੱਥੇ ਰਹਿੰਦੇ, ਕਿੱਥੋਂ ਦੇ ਰਹਿਣ ਵਾਲੇ ਆ? ਤੁਸੀਂ ਪੈਸੇ ਕਿਉਂ ਦਿੱਤੇ ਸੀ ਉਹਨਾਂ ਨੂੰ? ਉਹ ਹੱਥ ਰੱਸੀ ਦਿੱਤੇ ਸੀ ਵੀ ਜਿਸ ਤਰ੍ਹਾਂ ਭੈਣ ਭਰਾਵਾਂ ਨੂੰ ਜੇ ਹੀ ਲੈਣੇ ਜਾਂ ਨਹੀਂ ਲੈਣੇ, ਮੈਂ ਦਿੱਤੇ ਨਹੀਂ ਉਹਨਾਂ ਬਾਅਦ 'ਚ। ਇਹੋ ਗੱਲ ਹੋਈ ਆ? ਹਾਂਜੀ, ਅਤੇ ਮੈਂ ਪੈਸੇ ਮੰਗੇ ਅਤੇ ਆਂਡੇ ਵੀ ਤੈਨੂੰ ਅੱਜ ਪੈਸੇ ਦੇਣੇ ਆ ਅਤੇ ਮੈਂ ਚੱਲ ਗਿਆ ਲਕੋਲ ਬਣ ਕੇ ਅਤੇ ਮੈਨੂੰ ਇਹਨਾਂ ਨੇ ਗਵਾਹ ਕਰਕੇ ਪਾ ਸਕਿਆ ਅਤੇ ਫਿਰ ਘਰ ਲੈ ਗਏ ਆ। ਫਿਰ ਕੀ ਹੋਇਆ ਤੁਹਾਡੇ ਨਾਲ? ਘਰ ਲੋਹੇ ਦੀਆਂ ਪੈਪਾਂ ਮਾਰ ਕੇ ਅਤੇ ਬਾਹਾਂ ਤੋੜ ਕੇ। ਹਾਂਜੀ, ਇਹਨਾਂ ਨੇ ਬਾਅਦ 'ਚ ਮੈਨੂੰ ਆਉਂਦੇ ਵੀ ਤੈਨੂੰ ਸੁੱਖਾ ਸਾਹਿਬ ਪੈਸੇ ਦਿੰਦੇ ਆ, ਭਾਜੀ ਦੇ ਨਾਲ ਗਵਾਹ ਕਰਕੇ ਲੈ ਗਏ ਘਰ, ਗੂਹਾ ਮਾਰ ਕੇ 10-12 ਜਣੇ ਸੀ ਅਤੇ ਇਹਨਾਂ ਨੇ ਮੇਰਾ ਗਾਤਰਾ ਲਾਇਆ, ਗਾਤਰੇ ਦੇ ਛਿੱਤਰ ਮਾਰੇ ਆ, ਵਾਲ ਖੋਏ ਆ ਅਤੇ ਇਹਨਾਂ ਨੇ ਬੜੀ ਬੇਇੱਜ਼ਤੀ, ਗੁਰੂ ਮਹਾਰਾਜ ਦੀ ਬਾਣੀ ਦੀ ਬੇਇੱਜ਼ਤੀ ਕੀਤੀ ਆ। ਤੁਸੀਂ ਅੰਮ੍ਰਿਤ ਛਕਿਆ ਸੀ? ਹਾਂਜੀ, ਛਕਿਆ ਸੀ ਜੀ। दूसरी तरफ दबंग महिला न सिर्फ आरोपों को झुठला रही है बल्कि उल्टे आरोप भी मन रही है। हां जी, की नाम जी? शरणजीत कौर। की गल हुई है जी, जेडी कल एक गुरसिख बंदे दी तसद्दुद कीती गई है, तुहाडे वल्लों की गल की सी? ओने मैनूं 1.5 महीना गया बहुत ज्यादा तंग कीता सी। तंग इस तरह कीता सी कि मैं इस तरह दरबार साहब जांदी हां अठी देनी सेवा करन, इहदी बैटरी चलाउंदा सी, मैं इहदे बैटरी 'च बहि गई। एक दवार गई, दूजी वार मैनूं आंदा आंटी जी पैण तों जाएंगे तो मैं दसदी मैं तैनूं लै जाऊंगा। ਮੈਨੂੰ ਆਪਣੇ ਫੋਨ ਤੋਂ ਫੋਨ ਕਰਤਾ, ਮੇਰਾ ਨੰਬਰ ਇਹਦੇ ਕੋਲ ਚੱਲ ਗਿਆ। ਇਹ ਮੈਨੂੰ ਤੰਗ ਕਰਦਾ ਰਿਹਾ ਬੜਾ। ਫਿਰ ਮੈਂ ਇਹਨੂੰ ਪਿੰਡ 'ਚ ਇੱਕ ਵਾਰ ਧਮਕਾਇਆ ਵੀ, ਮਾਰਿਆ ਵੀ ਕਿ ਤੂੰ ਬੰਦਾ ਬਣ ਜਾ। ਇਹ 10 ਦਿਨ ਹਟ ਗਿਆ। ਉਹਦੇ ਬਾਅਦ ਪਤਾ ਨਹੀਂ ਮੇਰੀ ਬੇਟੀ ਦਾ ਨੰਬਰ ਇਹਨੇ ਕਿੱਥੋਂ ਲੈ ਲਿਆ ਅਤੇ ਮੇਰੀ ਬੇਟੀ ਨੂੰ ਇਹ ਫੋਨ ਕਰਦਾ ਰਿਹਾ। ਇਹਦੇ ਨੰਬਰ ਨੂੰ ਅਸੀਂ ਬਲੌਕ ਮਾਰਿਆ। ਇਹ ਪਤਾ ਨਹੀਂ ਕੀ ਨਵੀਂ ਸਿੰਮਾਂ ਲੈ ਕੇ ਵਨ ਸੁਣੀਆਂ ਕਰਕੇ ਫੋਨ ਕਰਦਾ ਰਿਹਾ। ਉਹਦੇ ਸੈਂਟਰ 'ਤੇ ਮਗਰ ਜਾਂਦਾ ਰਿਹਾ, ਇਹਨੂੰ ਰਾਹ ਗਲੀ ਘੇਰਦਾ ਰਿਹਾ। ਮੇਰੇ ਕੋਲ ਇੱਕ ਇੱਕ ਸਬੂਤ ਇਸ ਬੰਦੇ ਦਾ ਮੇਰੇ ਕੋਲ ਹੈਗਾ ਆ, ਇਹਦੀ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਆ ਕਿ ਇੰਨੀ ਸਮਝਾਇਆ ਸੀ ਕਿ ਬੰਦਾ ਬਣ ਜਾ ਬੰਦੇ ਪੁੱਤ। 1.5 ਮਹੀਨਾ ਇਹਨੇ ਹੋਇਆ ਸਾਡਾ ਜੀਣਾ ਹਰਾਮ ਕੀਤਾ ਆ। ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ? ਅਸੀਂ ਪਹਿਲਾਂ ਨਹੀਂ ਦਿੱਤੀ, ਹੁਣ ਅਸੀਂ ਦਿੱਤੀ ਸ਼ਿਕਾਇਤ। ਇਹ ਫੜਨ 'ਚ ਨਹੀਂ ਸਾਡੇ ਆਉਣ ਡਿਆ ਸੀ, ਅਸੀਂ ਇਹੋ ਆਉਂਦੇ ਕਿ ਚੱਲ ਕੀ ਗੱਲ ਕਰਨੀ, ਇਹਨੂੰ ਸਮਝਾ ਦਾਂਗੇ ਬੰਦਾ ਬਣ ਜੂਗਾ, ਪਰ ਇਹ ਬੰਦਾ ਬੰਦਾ ਨਹੀਂ ਬਣਿਆ। ਇਹ ਤਾਂ ਮੈਨੂੰ पुलिस से मामले में बात करने पर पुलिस वही रटा रटाया सबक दोहरा रही है कि जांच की जा रही है। बता दें कि पुलिस वायरल वीडियो देखने के बावजूद भी दबंगों पर हाथ नहीं डाल पा रही है। वीडियो वायरल हो रही है, एक सिख दे नाल जिहड़ी कुटमार कीती जा रही है, की कहना चाहोगे, की कार्रवाई कीती जा रही है जी? ये रात तकरीबन 10 बजे का ही, तकरीबन रात 10 बजे का हुआ सी। मैं रात गुरु नानक अस्पताल उत्थे पहुंचा ਜਿੱਥੇ ਮੈਨੂੰ ਜ਼ਖਮੀ ਹਾਲਤ 'ਚ ਮਿਲਿਆ ਸੁਖਾ ਸਿੰਘ। ਉਹਨੇ ਦੱਸਿਆ ਮੈਨੂੰ ਕਿ ਮੈਨੂੰ ਜਿਹੜਾ ਵਾ ਅੰਮ੍ਰਿਤਸਰ ਤੋਂ ਇਹ ਬੰਦੇ ਚੁੱਕ ਕੇ ਲੈ ਕੇ ਆਏ ਆ। ਅਤੇ ਜਿਹੜੀ ਕੁੱਟਮਾਰ ਕੀਤੀ ਗਈ ਆ ਉਹ ਮੈਂ ਦੱਸਿਆ ਜਾ ਰਿਹਾ ਕਿ ਪਿੰਡ ਦੇ ਜੰਡਿਆਲਾ ਦੇ ਨਜ਼ਦੀਕ ਪੈਂਦਾ ਪਿੰਡ, ਉੱਥੇ ਕੁੱਟਮਾਰ ਕੀਤੀ ਗਈ ਆ। ਹਾਂ, ਪਿੰਡ ਦੇ ਨਾਲ ਨਜ਼ਦੀਕ ਹੀ ਆ, ਪਰ ਜਿਹੜੀ ਆ ਬਕੂਆ ਵਾ ਉਹ ਅੰਮ੍ਰਿਤਸਰ ਦਾ ਵਾ, ਬੱਸ ਸਟੈਂਡ ਲੱਗੇ ਦਾ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਆ? ਅਸੀਂ ਡੈਂ ਤਫਤੀਸ਼ ਕਰਨ ਕਿ ਇਹ ਬੰਦੇ ਕਿਹੜੇ ਝੂਠੇ ਆ ਕਿਹੜੇ ਸੱਚੇ ਆ। ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਕਾਫੀ ਜ਼ਿਆਦਾ ਉਹਦੇ ਕੁੱਟਮਾਰ ਵੀ ਕੀਤੀ ਜਾ ਰਹੀ ਆ, ਉਹਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ ਆ ਜੀ। ਨਹੀਂ, ਉਹ ਤਾਂ ਠੀਕ ਆ, ਜਿਹੜੀ ਬੇਅਦਬੀ ਹੋਈ ਆ ਉਹ ਜੇ ਤਾਂ ਸਾਡਾ ਬਕੂਗਾ ਹੋਊਗਾ ਤਾਂ ਬਣਦੀ ਕਾਰਵਾਈ ਕੀਤੀ ਜਾਊਗੀ, ਤਫਤੀਸ਼ ਅਮਲ ਵਿੱਚ ਲਿਆਂਦੀ ਜਾਊਗੀ।
ਤੇ ਜੇ ਅੰਮ੍ਰਿਤਸਰ ਦਾ ਵਾ ਜਿਹੜੇ ਉਹਨਾਂ ਦੇ ਬਿਆਨ ਮੁਤਾਬਕ ਉਹ ਕਹਿੰਦੇ ਵੀ ਅੰਮ੍ਰਿਤਸਰ ਦਾ ਹੋਊਗਾ ਵਾ ਫਿਰ ਉਹਦੀ ਕਾਰਵਾਈ ਅੰਮ੍ਰਿਤਸਰ ਹੋਊਗੀ। ਪਰ ਉਹਨਾਂ ਦਾ ਕਹਿਣ ਦਾ ਭਾਵ ਇਹ ਵਾ ਕਿ ਪਿੰਡ ਜੰਡਿਆਲਾ ਪਿੰਡ ਦੇ ਵਿੱਚ ਜਿਹੜਾ ਵਾ ਉੱਥੇ ਕੁੱਟਮਾਰ ਕੀਤੀ ਗਈ ਆ ਅਤੇ ਦਰਖਾਸਤ ਵੀ ਜਿਹੜੀ ਆ ਉਹ ਜੰਡਿਆਲੇ ਥਾਣੇ ਨੂੰ ਦਿੱਤੀ ਗਈ ਆ। ਹਾਂ ਦਰਖਾਸਤ ਮੇਰੇ ਕੋਲ ਆਈ ਆ ਬਟ ਗੱਲ ਇਹ ਆ ਵੀ ਉਹ ਦੱਸਦੇ ਵੀ ਮੈਨੂੰ ਉੱਥੋਂ ਚੁੱਕ ਕੇ ਲਿਆਉਂਦਾ ਜੁਰਮ ਦੀ ਸ਼ੁਰੂਆਤ ਉੱਥੋਂ ਹੋਈ ਆ ਅੰਮ੍ਰਿਤਸਰ ਤੋਂ। ਜਿਸ ਤਰ੍ਹਾਂ ਦੀ ਤਸ਼ੱਦਦ ਕੀਤੀ ਜਾ ਰਹੀ ਆ ਕੀ ਕਾਨੂੰਨ ਇਜਾਜ਼ਤ ਦਿੰਦਾ ਇਸ ਚੀਜ਼ ਨੂੰ? ਨਹੀਂ ਬਣਦੀ, ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਵੈਸੇ ਝਗੜਾ ਹੋਇਆ ਕਿਸ ਗੱਲੋਂ ਆ, ਇਹ ਲੜਾਈ ਜਿਹੜੀ ਆ ਹੋਈ ਕਿਸ ਗੱਲ, ਕੁੱਟਮਾਰ ਕੀਤੀ ਕਿਉਂ ਗਈ ਆ? ਅਜੇ ਕੋਈ ਗੱਲ ਸਾਹਮਣੇ ਨਹੀਂ ਆਈ।